ਡਰਾ ਐਂਗਲਸ ਦੇਖੋ ਇਹਨਾਂ ਨੂੰ ਸੀ ਨਾ ਡੀ ਦੀ ਹੈਲਪ ਦੇ ਨਾਲ ਡਰਾ ਕਰਨਾ ਆ ਤੁਸੀਂ ਸਭ ਤੋਂ ਪਹਿਲਾਂ ਨੇ ਇੱਕ ਪੁਆਇੰਟ ਜਿਹੜਾ ਉਹ ਬਣਾਇਆ ਕਰੋ ਇਦਾਂ ਮੰਨ ਲਓ ਪੁਆਇੰਟ ਆ ਸਭ ਤੋਂ ਪਹਿਲਾ ਹੈਗਾ ਐਂਗਲ 30 ਡਿਗਰੀ ਦਾ ਹੁਣ ਡੀ ਵਾਲਾ ਜਿਹੜਾ ਆਹ ਵਾਲਾ ਪੁਆਇੰਟ ਹੁੰਦਾ ਨਾ ਉਹ ਪਾੜਨਾ ਇਹਨੂੰ ਮੈਚ ਕਰਦਿਆ ਕਰੋ ਠੀਕ ਹੈ ਜਿਹੜੀ ਆ ਸਿੱਧੀ ਲਾਈਨ ਜਾ ਰਹੀ ਆ ਸਿੱਧੀ ਲਾਈਨ ਦੇ ਐਂਡ ਤੇ ਪੁਆਇੰਟ ਲਾ ਦੇਣਾ ਹੁਣ ਤੁਸੀਂ 30 ਡਿਗਰੀ ਲੱਪਣਾ ਦੇਖੋ 30 ਡਿਗਰੀ ਥੱਲੋਂ ਲੱਪਣਾ ਹੈ ਐਂਗਲ ਉੱਪਰ ਉੱਪਰੋਂ ਲੱਪਣੇ ਤੁਸੀਂ ਠੀਕ ਐ ਥੱਲੋਂ ਚੱਲਣਾ ਤੁਸੀਂ ਜਿਹੜਾ ਨੀਚੇ 0 10 20 ਆ 30 30 ਡਿਗਰੀ ਦਾ ਐਂਗਲ ਬਣਾਉਣ ਵਾਸਤੇ 30 ਡਿਗਰੀ ਦੀ ਸੇਧ ਵਾਲੀ ਜਿਹੜੀ ਲਾਈਨ ਆ ਨਾ ਉਹਦੇ ਉੱਤੇ ਇਦਾਂ ਪੁਆਇੰਟ ਲਾ ਦੇਣਾ ਠੀਕ ਐ ਹੁਣ ਤੁਸੀਂ ਕੀ ਕਰਨਾ ਵਾ ਕਿ ਜਿਹੜਾ ਆਹ ਵਾਲਾ ਪੁਆਇੰਟ ਆਹ ਵਾਲੇ ਪੁਆਇੰਟ ਨਾਲ ਮੈਚ ਕਰਨਾ ਇਦਾਂ ਤੇ ਜਿਹੜਾ ਆਹ ਵਾਲਾ ਪੁਆਇੰਟ ਉਹ ਆਹ ਵਾਲੇ ਪੁਆਇੰਟ ਨਾਲ ਇਦਾਂ ਮੈਚ ਕਰਨਾ ਤੁਸੀਂ ਤੇ ਇਹ ਤੁਹਾਡਾ 30 ਡਿਗਰੀ ਦਾ ਐਂਗਲ ਬਣ ਗਿਆ ਇੱਥੇ ਲਿਖ ਦੇਣਾ 30 ਡਿਗਰੀ 45 ਡਿਗਰੀ ਦਾ ਕਿਦਾਂ ਪਤਾ ਕਰਨਾ ਤੁਸੀਂ ਐਂਗਲ 45 ਡਿਗਰੀ ਦਾ ਉਹਦੇ ਵਾਸਤੇ ਤੁਸੀਂ ਕੀ ਕਰਨਾ ਆ ਕਿ ਪਹਿਲਾਂ ਸੇਮ ਐਜ਼ ਪੁਆਇੰਟ ਲੈਣਾ ਠੀਕ ਆ ਪੁਆਇੰਟ ਲੈਣ ਤੋਂ ਬਾਅਦ ਆ ਡੀ ਨੂੰ ਨਾ ਉਹਦੇ ਨਾਲ ਪੁਆਇੰਟ ਨਾਲ ਮੈਚ ਕਰ ਦੇਣਾ ਤੇ ਆ ਜਿਹੜੀ ਸਿੱਧੀ ਲਾਈਨ ਆ ਇਸਾਰੇ ਹੀ ਐਂਗਲ ਜਦੋਂ ਬਣਾਉਣੇ ਆ ਤਾਂ ਜਿਹੜੀ ਸਿੱਧੀ ਲਾਈਨ ਥੱਲੇ ਹੁੰਦੀ ਹੈ ਨਾ 180 ਵਾਲੀ ਇਹਦੇ ਤੇ ਤੁਸੀਂ ਸਿੱਧ ਤੇ ਪੁਆਇੰਟ ਲਾਉਣਾ ਹੀ ਲਾਉਣਾ ਵਾ ਹੁਣ ਤੁਸੀਂ 45 ਡਿਗਰੀ ਦਾ ਐਂਗਲ ਬਣਾਉਣਾ ਵਾ ਆਹ 0 ਡਿਗਰੀ ਆ 10 ਡਿਗਰੀ ਆ 20 ਡਿਗਰੀ ਆ 30 ਡਿਗਰੀ ਆ 40 ਡਿਗਰੀ ਆ 50 45 ਦਾ ਐਂਗਲ ਜਿਹੜਾ ਵਾ ਉਹ 40 ਤੋਂ ਬਾਅਦ 50 ਤੇ 40 ਦੇ ਵਿੱਚ ਵਿਚ ਆਣਾ ਸੋ ਆ 40 ਤੋਂ ਬਾਅਦ ਪੰਜ ਲਾਈਨਾਂ ਗਿਣ ਲੈਣੀਆਂ ਆ ਆਹ ਜਿਹੜਾ ਆਹ ਵਾਲੀ ਲਾਈਨ ਆ ਇੱਥੇ 45 ਡਿਗਰੀ ਦਾ ਤੁਹਾਡਾ ਐਂਗਲ ਬਣ ਜਾਣਾ ਫਿਰ ਉਹੀ ਕਿ ਆਹ ਵਾਲੇ ਪੁਆਇੰਟ ਨੂੰ ਤੁਸੀਂ ਆਹ ਵਾਲੇ ਪੁਆਇੰਟ ਨਾਲ ਤੇ ਇਹ ਵਾਲੇ ਪੁਆਇੰਟ ਨੂੰ ਇਹ ਵਾਲੇ ਪੁਆਇੰਟ ਨਾਲ ਮੈਚ ਕਰ ਦੇਣਾ ਇਹ ਤੁਹਾਡਾ 45 ਡਿਗਰੀ ਦਾ ਐਂਗਲ ਬਣ ਜਾਣਾ ਠੀਕ ਹੈ ਫਿਰ ਤੁਸੀਂ 110 ਡਿਗਰੀ ਦਾ ਐਂਗਲ ਹੁਣ ਕਿੱਦਾਂ ਬਣਾਣਾ ਆ ਸੇਮ ਕਿ ਤੁਸੀਂ ਪੁਆਇੰਟ ਜਿਹੜਾ ਉਹ ਇੱਦਾਂ ਬੈਲਾ ਰੱਖਣਾ ਡੀ ਨੂੰ ਪੁਆਇੰਟ ਨਾਲ ਮੈਚ ਕਰਨਾ ਫਿਰ ਆਜਲੀ ਲਾਈਨ ਇਹਦੀ ਸੇਧ ਤੇ ਇੱਕ ਪੁਆਇੰਟ ਦੇਣਾ ਹੁਣ 110 ਡਿਗਰੀ ਦਾ ਐਂਗਲ ਥੱਲੋਂ ਵੇਖਣਾ ਕਿ ਕਿੱਥੇ ਆ ਆ 110 ਡਿਗਰੀ ਦਾ ਐਂਗਲ ਆ ਇਹਦੀ ਸੇਧ ਦੇ ਉੱਤੇ ਨਾ ਇਦਾਂ ਆ ਪੁਆਇੰਟ ਲਾ ਦੇਣਾ ਠੀਕ ਹੈ 110 ਤੋਂ ਉੱਤੇ ਆ ਜਿਹੜੀ ਸਿੱਧੀ ਲਾਈਨ ਜਾਂਦੀ ਹੈ ਨਾ ਇੱਥੇ ਪੁਆਇੰਟ ਲਾ ਦੇਣਾ ਤੇ ਇਹ ਵਾਲੇ ਪੁਆਇੰਟ ਨੂੰ ਫਿਰ ਬੇਟਾ ਇਦਾਂ ਮੈਚ ਕਰਨਾ ਆ ਠੀਕ ਹੈ ਤੇ ਆ ਵਾਲੀ ਲਾਈਨ ਨੂੰ ਪੁਆਇੰਟ ਨੂੰ ਆ ਵਾਲੇ ਪੁਆਇੰਟ ਨਾਲ ਮੈਚ ਕਰ ਦੇਣਾ ਇਹ ਤੁਹਾਡਾ 110 ਡਿਗਰੀ ਦਾ ਐਂਗਲ ਆ ਗਿਆ ਇਸੇ ਤਰੀਕੇ ਨਾਲ ਤੁਸੀਂ 135 ਤੇ 90 ਡਿਗਰੀ ਦਾ ਜਿਹੜਾ ਐਂਗਲ ਉਹ ਬਣਾਉਣਾ ਆ